Z5 ऐप डाउनलोड करो ते देखो पूरे एपिसोड बिल्कुल फ्री। ਇਹਦੀਆਂ ਅੱਖਾਂ ਬਿਲਕੁਲ ਆਪਣੀ ਨਾਨੀ ਤੇ ਗਈਆਂ ਨੇ ਤੇ ਇਹਦਾ ਨੱਕ ਸਰਗੁਣ ਵਰਗਾ ਤੇ ਅੱਖਾਂ ਆਪਣੇ ਪਾਪਾ ਤੇ। ਕੰਗ੍ਰੈਚੁਲੇਸ਼ਨ ਜੀਜੂ। ਉਹ ਨਹੀਂ ਨਹੀਂ, ਕੰਗ੍ਰੈਚੁਲੇਸ਼ਨ ਪਾਪਾ ਜੀ। ਤੁਸੀਂ ਸਾਰਿਆਂ ਨੇ ਮੇਰੇ ਕੋਲੋਂ ਇੰਨੀ ਵੱਡੀ ਗੱਲ ਕਿਉਂ ਲੁਕਾਈ? ਜੇ ਮੈਨੂੰ ਪਤਾ ਹੁੰਦਾ ਕਿ ਮੇਰੀ ਰੂਹ ਪ੍ਰੈਗਨੈਂਟ ਹੈ ਤਾਂ ਮੈਂ ਇਸਨੂੰ ਕਦੀ ਕਿਤੇ ਜਾਣ ਹੀ ਨਾ ਦਿੰਦੀ, ਆਪਣੇ ਕੋਲ ਹੀ ਰੱਖਦੀ। ਕਿਉਂ ਲੁਕਾਇਆ ਮੇਰੇ ਤੋਂ? ਹਾਂ, ਜਵਾਬ ਦਿਓ। ਮੰਮੀ ਜੀ, ਜੇ ਅੱਜ ਰੂਪ ਦੀਦੀ ਉਹਨਾਂ ਦਾ ਬੱਚਾ ਤੇ ਹਰਮਨ ਜੀ ਜੀ ਜ਼ਿੰਦਾ ਹੈ ਨਾ, ਤਾਂ ਉਹ ਸਿਰਫ ਸਰਗੁਣ ਜੀ ਕਰਕੇ। ਜੇ ਸਰਗੁਣ ਜੀ ਨਾ ਹੁੰਦੇ ਨਾ, ਤਾਂ ਆਪਾਂ ਇਹਦੇ ਨਹੀਂ ਦੇਖ ਪਾਉਣਾ ਸੀ ਤੇ ਇਹਦਾ ਸਾਰਾ ਕ੍ਰੈਡਿਟ ਸਰਗੁਣ ਜੀ ਨੂੰ ਜਾਂਦਾ ਹੈ। ਮੰਮੀ ਜੀ, ਰੂਪ ਦੀਦੀ ਦੇ ਪੇਟ 'ਚ ਨਾ ਜੁੜਵਾ ਬੱਚੇ ਸੀ ਤੇ ਇੱਕ ਬੱਚੇ ਦੀ ਜ਼ਹਿਰ ਦੇ ਨਾਲ ਮੌਤ ਹੋ ਗਈ ਸੀ, ਪਰ ਦੂਜਾ ਜ਼ਿੰਦਾ ਸੀ। ਰੂਪ ਦੀ ਕੁੱਖ ਵਿੱਚ ਇੱਕ ਬੱਚਾ ਨਹੀਂ, ਦੋ ਬੱਚੇ ਪਲ ਰਹੇ ਸੀ, ਜਿਨ੍ਹਾਂ ਵਿੱਚੋਂ ਇੱਕ ਬੱਚਾ ਹਾਲੇ ਵੀ ਜ਼ਿੰਦਾ ਹੈ। ਤੇ ਉਸ ਬੱਚੇ ਦੀ ਸੇਫਟੀ ਲਈ ਸਰਗੁਣ ਜੀ ਨੇ ਇਹ ਗੱਲ ਸਭ ਤੋਂ ਲੁਕਾਈ ਸੀ, ਤਾਂ ਕਿ ਜਿਹਨੇ ਪਹਿਲਾਂ ਰੂਪ ਦੀ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਇਹ ਕੰਮ ਦੁਬਾਰਾ ਨਾ ਕਰ ਸਕੇ। ਕਹਿੰਦਾ ਹੁਣੇ ਜਾ ਕੇ ਜਿੰਦੇ ਨੂੰ ਖੁਸ਼ਖਬਰੀ ਦੱਸਦਾ। ਨਹੀਂ ਪਾਪਾ ਜੀ। ਕਿਉਂ? ਮੈਂ ਚਾਹੁੰਦੀ ਹਾਂ ਕਿ ਬੀਬੀ ਜੀ ਨੂੰ ਇਹ ਗੱਲ ਉਦੋਂ ਪਤਾ ਚੱਲੇ ਜਦੋਂ ਸਭ ਕੁਝ ਸੇਫ ਹੋਵੇਗਾ। ਤੇ ਉਸ ਤੋਂ ਬਾਅਦ ਜਸਵਿੰਦਰ ਦੇ ਆਦਮੀ ਵੀ ਰੂਪਦੀਪ ਤੇ ਹਰਮਨ ਜੀਜੂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸੀ ਤੇ ਉਹਨਾਂ ਨੇ ਰੂਪਦੀਪ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਅੱਜ ਮੇਰੀ ਧੀ ਦਾ ਹਰਮਨ ਨਾਲ ਵਿਆਹ ਹੋ ਕੇ ਰਹੇਗਾ, ਚਾਹੇ ਮੈਨੂੰ ਤੁਹਾਡੀ ਧੀ ਦੀ ਜਾਨ ਲੈਣੀ ਕਿਉਂ ਨਾ ਪਵੇ। ਐਸੇ ਕਰਕੇ ਸਰਗੁਣ ਜੀ ਨੇ ਰੂਪ ਦੀਦੀ ਤੇ ਹਰਮਨ ਜੀ ਜੀ ਨੂੰ ਸਭ ਤੋਂ ਲੁਕੋ ਕੇ ਰੱਖਿਆ, ਇੱਥੇ ਤੱਕ ਤੁਹਾਡੇ ਤੋਂ ਵੀ ਲੁਕੋ ਕੇ ਰੱਖਿਆ। ਆਜੋ ਆਜੋ, ਧਿਆਨ ਨਾਲ ਲੈ ਕੇ ਆਇਓ। ਹਾਂ ਹਾਂ, ਬਸ ਇੱਥੇ ਰੱਖ ਲਓ ਤਾਂ ਕਿ ਇਸ ਵਾਰ ਰੂਪ ਦੀਦੀ ਪ੍ਰੈਗਨੈਂਸੀ ਦੀ ਖਬਰ ਕਿਸੇ ਨੂੰ ਨਾ ਹੋਵੇ। ਤੇ ਦੇਖੋ ਉਸ ਗੱਲ ਦਾ ਸਾਨੂੰ ਕਿੰਨਾ ਵੱਡਾ ਫਾਇਦਾ ਹੋਇਆ ਅੱਜ। ਉਹਦੇ ਨਾਲ ਰੂਪ ਦੀਦੀ ਤੇ ਉਹਨਾਂ ਦਾ ਬੱਚਾ ਬਿਲਕੁਲ ਸੇਫ ਨੇ। ਤੇ ਅੱਜ ਸਰਗੁਣ ਜੀ ਦੀ ਮਿਹਨਤ ਰੰਗ ਲਿਆਈ ਹੈ। ਤੁਸੀਂ ਨਾਨੀ, ਮੈਂ ਮਾਮਾ ਤੇ ਹਰਮਨ ਜੀਜੂ ਪਾਪਾ ਬਣ ਗਏ ਨੇ। ਮੰਮੀ, ਜੇ ਅਸੀਂ ਇਹ ਦਿਮਾਗ ਨਾਲ ਆਉਂਦੇ ਨਾ ਤੇ ਅੱਜ ਨਤੀਜਾ ਕੁਛ ਹੋਰ ਹੀ ਹੋਣਾ ਸੀ। ਵਾਕਈ ਸਰਗੁਣ ਜੀ, ਤੁਸੀਂ ਬਹੁਤ ਮਹਾਨ। ਮੰਮੀ, ਸਰਗੁਣ ਜੀ ਨੂੰ ਇੱਦਾਂ ਕਿਉਂ ਦੇਖ ਰਹੇ ਨੇ? ਪਤਾ ਨਹੀਂ ਹੁਣ ਬੀਬੀ ਜੀ ਕੀ ਬੋਲਣਗੇ, ਮੈਨੂੰ ਤਾਂ ਬਹੁਤ ਟੈਨਸ਼ਨ ਹੋ ਰਹੀ ਹੈ।
मैनू माफ कर दे सर। नहीं नहीं सास मां, तुसी की कर दे पे, तुसी ये सब करके मैनू शर्मिंदा ना करो। तुसी मेरी सास ने, तुसी मेरी मां हो। ते जद मैं अपनी मम्मी जी दे कोलो ये सब नहीं करवा सकदी, तो भला थानू ये सब क्यों करन दवा? नहीं सर, मैं तेरे ना बहुत माड़ा किता। मैं अपने कमांड विच अन्नी होके तेरी चंगियाइयां नू कदी देख ही नहीं सकी। एक तो बाद एक तेरे उत्ते जुलम करती गई, ते तू तू मेरे ना वध तो वध चंगियाइयां करती गई। तू मेरे परिवार नू अपना परिवार समझिया, जिवें मैं अपने परिवार के हर मैंबर की खुशी चाहनी हाँ, तू मेरे परिवार के दुख नू अपना समझिया, अपना सारा फर्ज निभाया, रूप का घर वसाया, हरलीन का विआह किया, एक चंगी नौ एक चंगी घर वाली हो के मेरे परिवार का नाम रोशन किया। मैं तेरी इस चंगियाई नू कदी वेख ही नहीं सकी, ते कदी भी तेरे ना सिद्धे मुंह गल नहीं की। तैनू नहीं पता सरगुण कि तू अज की किया। तू अज मैनू दुनिया की सब तो वड्डी खुशी दित्ती है सरगुण, सब तो वड्डी। बीबी जी मैनू माफ कर दियो, मैं तुहाडा बहुत दिल दुखाया। माफी तो मैनू मंगनी चाहिए हरमन, कि मैं रूप लई तेरा प्यार देख नहीं सकी, पर मैं देखिया कि तू अज किवें मेरी रूप दे लई लड़िया। हरमन हुण तू रूप नू जिथे भी लैके जाना चाहना है ना लैके जा सकता है, क्योंकि मैं चंगी तरह जानती हाँ कि मेरी रूप तेरे नाल खुश भी रहेगी। क्योंकि रूप तेरे बिना रह ही नहीं सकती। पर हरमन मेरी एक बेनती है। नहीं बीबी जी, बेनती नहीं, हुक्म करो। हरमन मैं हुणे हुणे नानी बनी हूं, ते मैं कुछ समा अपनी दोती दे नाल बिताना चाहनी हूं। देखी मना ना करी, मैं बड़े चिरां बाद बड़ियां मुसीबतां तो बाद खुशी साडे घर च आई है। Z5 ऐप डाउनलोड करो ते वेखो सारे एपिसोड बिल्कुल फ्री।